ਕਿਰਤਪੁਰ ਸਾਹਿਬ ਚੰਡੀਗੜ੍ਹ ਰੋਡ ਤੇ ਹੋਇਆ ਭਿਆਨਕ ਐਕਸੀਡੈਂਟ। ਇੱਕ ਪਾਸੇ ਦੀ ਰੋਡ ਹੋਈ ਜਾਮ। ਕਿਰਤਪੁਰ ਸਾਹਿਬ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਭਿਆਨਕ ਐਕਸੀਡੈਂਟ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਕਿਰਤਪੁਰ ਸਾਹਿਬ ਤੋਂ ਰੋਪੜ ਵੱਲ ਇੱਕ ਟਰੱਕ ਜਾ ਰਿਹਾ ਸੀ, ਜਿਸ ਦੇ ਅੱਗੇ ਕਾਰ ਆਉਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ। ਟਰੱਕ ਡਰਾਈਵਰ ਨੇ ਦੱਸਿਆ ਕਿ ਕਾਰ ਵਿੱਚ ਸਵਾਰੀਆਂ ਵੱਧ ਹੋਣ ਦੇ ਵਿਚਾਰ ਨੂੰ ਦੇਖਦੇ ਹੋਏ ਟਰੱਕ ਦੀ ਇੱਕਦਮ ਬ੍ਰੇਕ ਲਗਾਈ ਗਈ ਤਾਂ ਟਰੱਕ ਜਾ ਕੇ ਡਿਵਾਈਡਰ ਨਾਲ ਵੱਜ ਗਿਆ ਅਤੇ ਭਰਿਆ ਹੋਣ ਕਾਰਨ ਟਰੱਕ ਪਲਟ ਗਿਆ। ਟਰੱਕ ਪਲਟਣ ਕਾਰਨ ਮੌਕੇ 'ਤੇ ਆਵਾਜਾਈ ਰੁਕ ਗਈ, ਜਿਸ ਕਾਰਨ ਸਥਾਨਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਪਾਸੇ ਦੀ ਰੋਡ ਬੰਦ ਕਰਕੇ ਦੂਜੇ ਪਾਸੇ ਸੜਕ ਚਲਾ ਦਿੱਤੀ। ਮੌਕੇ 'ਤੇ ਪਹੁੰਚੇ ਪੁਲਿਸ ਕਰਮੀਆਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਕਰੇਨ ਰਾਹੀਂ ਟਰੱਕ ਨੂੰ ਸਿੱਧਾ ਕਰਵਾ ਕੇ ਆਵਾਜਾਈ ਚਲਾਈ। ਸਰ ਕੀਰਤਪੁਰ ਸਾਹਿਬ ਵੱਲ ਤੋਂ ਟਰੱਕ ਇਹ ਆ ਰਿਹਾ ਸੀ, ਜਦੋਂ ਗੜਦਲਾ ਅੱਗੇ ਲੰਘ ਕੇ ਚੱਕੀਆਂ ਦੇ ਪੁਲ ਲੱਗੇ, ਉਹਦੇ ਗੱਡੀ ਅਚਾਨਕ ਮੂਹਰੇ ਆਉਣ ਕਰਕੇ ਇਹ ਗੱਡੀ ਛੋਟੀ ਕਾਰ ਸੀ ਉਹਨੂੰ ਬਚਾਉਂਦਾ ਇਹਦੀ ਗੱਡੀ ਡਿਵੈਂਡਰ ਵਿੱਚ ਵੱਜੀ, ਇਹਦਾ ਸੰਤੁਲਨ ਵਿਗੜ ਗਿਆ ਅਤੇ ਸੰਤੁਲਨ ਵਿਗੜ ਕਰਕੇ ਡਿਵੈਂਡਰ 'ਚ ਵੱਜਣ ਕਰਕੇ ਇਹਦੀ ਗੱਡੀ ਪਲਟ। ਅਤੇ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਿਵੇਂ ਕੀਤਾ ਜੀ? ਟ੍ਰੈਫਿਕ ਅਸੀਂ ਰੋਡ ਵਾਲਿਆਂ ਦੀ ਗੱਡੀ ਮੰਗਾ ਕੇ ਜੀ, ਉਹਨਾਂ ਦੀ ਪਿਕਅਪ ਮੰਗਾ ਕੇ ਅਤੇ ਗੜਦਲੇ ਕੋਲ ਰੋਡ ਬਲੋਕ ਕਰਿਆ ਜੀ, ਡਿਵੈਂਡਰ ਵਗੈਰਾ ਲਾ ਕੇ ਉਹਨਾਂ ਨੇ ਇੱਕ ਪਾਤੀ ਰੱਸੀ ਜੀ ਲਾਤੀ ਜੀ ਚੰਕ ਦੀ ਜਿਹੜੀ ਉਹਨਾਂ ਦੀ ਹੁੰਦੀ। ਠੀਕ ਹੈ ਵੀਰ ਜੀ, ਧੰਨਵਾਦ। ਓਕੇ ਸਰ।